ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ? ਸਾਰੇ ਜਾਣੇ ਠੀਕ ਠਾਕ? ਵਧੀਆ। ਤੇ ਆਪਾਂ ਵੀ ਵਧੀਆ, ਬਿਲਕੁਲ ਠੀਕ ਠਾਕ। ਤੇ ਅੱਜ ਸਾਡੇ ਲੱਗੀ ਆ ਬਹੁਤ ਜ਼ਿਆਦਾ ਧੁੱਪ। ਬਹੁਤ ਦਿਨਾਂ ਬਾਅਦ ਇੱਦਾਂ ਦੀ ਧੁੱਪ ਲੱਗੀ ਆ। ਫਿਲਹਾਲ ਤਾਂ ਮੇਰਾ ਫਰੰਟ ਵਾਲਾ ਕੈਮਰਾ ਆ, ਤੇ ਤਾਂ ਕਰਕੇ ਨਹੀਂ ਪਤਾ ਲੱਗਦਾ। ਤੇ ਪਰ ਬਾਹਰ ਬਹੁਤ ਜ਼ਿਆਦਾ ਧੁੱਪ ਆ। ਪਰ ਜਦੋਂ ਮੈਂ ਸਵੇਰੇ ਗੁਰਸ਼ਾਨ ਨੂੰ ਗਈ ਸੀ ਸਕੂਲ ਛੱਡਣ, ਤੇ ਉਦੋਂ ਪਰ ਬਹੁਤ ਠੰਡ ਸੀ, ਕੋਹਰਾ ਬਹੁਤ ਜ਼ਿਆਦਾ ਪਿਆ ਸੀ। ਤਾਂ ਹੁਣ ਤਾਂ ਧੁੱਪ ਬਹੁਤ ਨਿਕਲੀ ਆ, ਤੇ ਬਹੁਤ ਵਧੀਆ ਮੌਸਮ ਹੋਇਆ ਵਾ। ਬਹੁਤ ਦਿਨਾਂ ਬਾਅਦ ਇਦਾਂ ਦਾ ਨਜ਼ਾਰਾ ਜਿਹਾ ਦੇਖਿਆ ਧੁੱਪ ਦਾ। ਤੇ ਹੋਰ ਦੱਸੋ ਜੀ, ਕਿੱਦਾਂ ਹੋ? ਸਾਰੇ ਜਾਣੇ ਠੀਕ ਠਾਕ? ਵਧੀਆ। ਤੇ ਆਪਾਂ ਵੀ ਵਧੀਆ ਆ, ਠੀਕ ਆ। ਤੇ ਆਪਾਂ ਲੱਗੇ ਆ ਬਣਾਉਣ ਅੱਜ ਆਲੂ ਸ਼ਿਮਲਾ ਮਿਰਚ ਤੇ ਪਨੀਰ ਪਾ ਕੇ ਸਬਜ਼ੀ। ਤੇ ਮੈਂ ਕਿਹਾ ਕਿਉਂ ਨਾ ਆਪਾਂ ਤੁਹਾਡੇ ਨਾਲ ਨਾਲੇ ਗੱਲਾਂ ਸ਼ੇਅਰ ਕਰਾਂਗੇ, ਤੇ ਨਾਲ ਨਾਲ ਆਪਾਂ ਜਿਹੜਾ ਘਰ ਦਾ ਕੰਮ ਕਰ ਲੈਂਦੇ ਹਾਂ। ਤੇ ਫਿਲਹਾਲ ਜਿਸ ਦਿਨ ਗੁਰਸ਼ਾਨ ਆ ਸਕੂਲ ਗਿਆ ਹੋਵੇ, ਤਰਨ ਕੰਮ ਤੇ ਗਏ ਹੋਣ, ਤੇ ਜਿਹੜਾ ਵਾ ਕੰਮ ਜਲਦੀ ਮੁੱਕ ਜਾਂਦਾ, ਤੇ ਇਸ ਕਰਕੇ ਹੁਣ ਮੈਂ ਫ੍ਰੀ ਸੀ। ਤੇ ਟਾਈਮ ਵੀ ਹੋ ਗਿਆ ਵਾ, ਤੁਸੀਂ ਵੇਖ ਸਕਦੇ ਹੋ 11:15 ਦਾ। ਤੇ ਮੈਂ ਕਹਿਣ ਡਈ ਸੀ ਵੀ ਚਲੋ ਵਿਹਲੀ ਆ, ਨਾਲ ਟਾਈਮ ਪਾਸ ਹੋ ਜਾਊਗਾ, ਤੇ ਨਾਲੇ ਜਿਹੜੀ ਆਪਣੀ ਵੀਡੀਓ ਬਣ ਜਾਂਦੀ ਆ। ਤੇ ਫਿਲਹਾਲ ਮੈਂ ਤੁਹਾਨੂੰ ਬਾਹਰ ਦਿਖਾਉਂਦੀ ਹਾਂ ਕਿੰਨੀ ਧੁੱਪ ਲੱਗੀ ਆ। ਆ ਜਾਓ ਲਓ ਜੀ, ਬਾਹਰ ਦਾ ਵੇਖ ਲਓ ਧੁੱਪ ਕਿੰਨੀ ਲੱਗੀ। ਫਿਲਹਾਲ ਤਾਂ ਸ਼ੀਸ਼ਾ ਬੰਦ ਆ ਤਾਂ ਲੱਗਦਾ ਹੋਣਾ, ਮੈਂ ਖੋਲ ਕੇ ਦਿਖਾਉਂਦੀ ਹਾਂ। ਧੁੱਪ ਬਹੁਤ ਲੱਗੀ ਆ, ਪਰ ਠੰਡ ਬਹੁਤ ਆ। ਧੁੱਪ ਹੀ ਦੇਖਣ ਨੂੰ ਹੀ ਲੱਗਦੀ ਆ, ਪਰ ਧੁੱਪ ਆ, ਮੌਸਮ ਵੀ ਬੜਾ ਸਾਫ਼ ਹੋਇਆ ਵਾ। ਅਤੇ ਇੱਧਰ ਇਹ ਲਾਈਟਾਂ ਜਿਹੜੀਆਂ ਜਗਦੀਆਂ ਪਈਆਂ। ਚਲੋ ਹੁਣ ਆਪਾਂ ਬਣਾਉਂਦੇ ਇੱਧਰ ਸਬਜ਼ੀ, ਫਿਲਹਾਲ ਇਹਨੂੰ ਕਰ ਦਿਉ ਬੰਦ, ਠੰਡ ਬਹੁਤ ਆ। ਅਤੇ ਇੱਧਰ ਮੈਂ ਲਿਆ ਲਿਆ ਆ ਸਾਰਾ ਸਮਾਨ, ਸ਼ਿਮਲਾ ਮਿਰਚ ਲਈ ਆ, ਪਨੀਰ ਲਿਆ, ਆਲੂ ਆ, ਅਤੇ ਇਹਨਾਂ ਵਿੱਚੋਂ ਆਪਾਂ ਜਿਹੜੇ ਆ ਦੋ ਕੁ ਜਿਹੜੇ ਪਿਆਜ਼, ਅਦਰਕ, ਲਸਣ ਜਿਹੜਾ ਵਾ ਚੌਪ ਕਰਾਂਗੇ। ਸੋਰੀ, ਮੈਨੂੰ ਲਸਣ ਲਿਆਉਣਾ ਚੇਤਾ ਭੁੱਲ ਗਈ ਇੱਥੇ। ਅਤੇ ਇਹਨੂੰ ਆਪਾਂ ਪਹਿਲਾਂ ਗ੍ਰਾਇੰਡ ਕਰ ਲੈਂਦੇ ਹਾਂ, ਲਸਣ, ਪਿਆਜ਼, ਅਦਰਕ ਨੂੰ ਗ੍ਰਾਇੰਡ ਕਰਕੇ ਅਤੇ ਤੜਕਾ ਲਾਉਂਦੇ ਹਾਂ। ਅਤੇ ਕਰਦੇ ਹਾਂ ਸ਼ੁਰੂ। ਅਤੇ ਇੱਧਰ ਮੈਂ ਜਿਹੜਾ ਮਸਾਲਾ ਸਾਰਾ ਗ੍ਰਾਇੰਡ ਕਰਨਾ, ਉਹ ਮੈਂ ਧੋ ਲਿਆ, ਅਤੇ ਹੁਣ ਆਪਾਂ ਇਹਨੂੰ ਇਹਦੇ 'ਚ ਗ੍ਰਾਇੰਡ ਕਰ ਲਾਂਗੇ। ਅਤੇ ਇੱਧਰ ਮੈਂ ਜਿਹੜਾ ਆਪਣਾ ਆਲੂ ਆ, ਪਿਆਜ਼ ਆ, ਸ਼ਿਮਲਾ ਮਿਰਚ ਆ, ਇਹ ਵੀ ਸਾਰਾ ਕੁਛ ਧੋ ਕੇ ਧੋਣਾ ਆ, ਛਿਲ ਕੇ ਰੱਖ ਲਿਆ ਆ। ਅਤੇ ਇਹਨੂੰ ਹੁਣ ਧੋ ਕੇ ਬਾਅਦ ਵਿੱਚ ਕੱਟਾਂਗੇ, ਕਿਉਂਕਿ ਮੈਂ ਚਾਹੁਣ ਲਈ ਇੱਕ ਸੋਚਦੀ ਸੀ ਵੀ ਲਾਗੇ ਜਿਹੜਾ ਵਾ ਤੜਕਾ ਤਿਆਰ ਹੁੰਦਾ ਰਹੂਗਾ, ਆਪਾਂ ਕੜਾਹੀ ਦੇ ਵਿੱਚ ਪਾ ਦਾਂਗੇ। ਇਸ ਕਰਕੇ ਮੈਂ ਇਹਨੂੰ ਪਹਿਲਾਂ ਹੀ ਗ੍ਰਾਇੰਡ ਕਰ ਲੈਂਦੇ ਹਾਂ। ਅਤੇ ਬਾਕੀ ਸਾਰੇ ਜਾਣੇ ਕਹਿੰਦੇ ਵੀ ਤੁਸੀਂ ਮਤਲਬ ਕਿ ਫੁੱਲ ਵੀਡੀਓ ਵਿੱਚ ਨਹੀਂ ਦੇਖਦੇ, ਕਿਉਂਕਿ ਸੋਰੀ, ਇਸ ਕਰਕੇ ਵੀ ਮੈਂ ਇਕੱਲੀ ਹਾਂ, ਵੀਡੀਓ ਬਣਾਉਣ ਵਾਲੀ ਹੁੰਦੀ ਹਾਂ, ਅਤੇ ਇਸ ਕਰਕੇ ਫਿਰ ਮੈਂ ਇੱਕ ਥਾਂ 'ਤੇ ਜਿਹੜਾ ਕੈਮਰਾ ਟਿਕਾ ਕੇ ਰੱਖ ਲੈਂਦੀ, ਅਤੇ ਤਾਂ ਜੋ ਵੀਡੀਓ ਬਣਦੀ ਰਹੇ, ਕਿਉਂਕਿ ਜੇ ਇੱਕ ਜਣਾ ਨਾਲ ਹੋਰ ਹੋਵੇ ਤਾਂ ਕੈਮਰਾ ਫੜ ਲੈਂਦਾ, ਇੱਧਰ ਉੱਧਰ ਕਰ ਲੈਂਦਾ, ਅਤੇ ਜਦੋਂ ਇਕੱਲਾ ਬੰਦਾ ਹੋਵੇ ਫਿਰ ਨਹੀਂ ਹੁੰਦਾ ਉਹਦੇ ਕੋਲ ਇਕੱਲੇ ਜਾਣੇ ਕੋਲ ਕੰਮ। ਇਸ ਕਰਕੇ ਇਹਨੂੰ ਹੁਣ ਆਪਾਂ ਕਰ ਲੈਂਦੇ ਗ੍ਰਾਇੰਡ। ਲਓ ਜੀ, ਤੜਕਾ ਤਾਂ ਆਪਣਾ ਹੋ ਗਿਆ ਗ੍ਰਾਇੰਡ, ਅਤੇ ਹੁਣ ਲਾਉਂਦੇ ਇਹਨੂੰ ਆਪਾਂ ਤੜਕਾ। ਅਤੇ ਇਹਨੂੰ ਵੀ ਨਾਲ ਦੀ ਨਾਲ ਆਪਾਂ ਇੱਧਰ ਧੋ ਲੈਂਦੇ ਹਾਂ, ਅਤੇ ਤਾਂ ਜੋ ਇਹ ਤੜਕੇ ਦੇ ਨਾਲ ਨਾਲ ਆਪਾਂ ਇਹਨੂੰ ਕੱਟ ਲੈਂਦੇ ਹਾਂ, ਅਤੇ ਪਨੀਰ ਜਿਹੜਾ ਆਪਾਂ ਲਾਸਟ 'ਤੇ ਪਾਵਾਂਗੇ। ਇਹਨੂੰ ਵੀ ਧੋ ਲਿਆ ਆਪਾਂ। ਅਤੇ ਪਨੀਰ ਹੈ ਜਿਹੜਾ, ਇਹ ਮੈਨੂੰ ਕਹਿੰਦੇ ਆ ਵੀ ਰਕੋਤਾ ਆ, ਪਰ ਇਹਨੂੰ ਤੁਸੀਂ ਇੱਕ ਵਾਰੀ ਬਣਾ ਕੇ ਜ਼ਰੂਰ ਵਰਤੇ ਹੋ, ਕਿਉਂਕਿ ਇਹ ਸੇਮ ਪਨੀਰ ਵਰਗਾ ਲਿਖਿਆ ਇਹਦੇ ਉੱਪਰ, ਰਕੋਤਾ ਹੀ ਆ, ਪਰ ਬਣਦਾ ਇਹਨੂੰ ਜੇ ਤੁਸੀਂ ਭੁਰਜੀ ਜੇ ਬਣਾ ਲਓ, ਪਨੀਰ ਦੀ ਮਤਲਬ ਕਿ ਆਲੂ ਮਟਰ ਪਨੀਰ ਬਣਾ ਲਓ, ਤਾਂ ਬਹੁਤ ਵਧੀਆ ਬਣਦਾ, ਬਿਲਕੁਲ ਮਤਲਬ ਕਿ ਘੁਲਦਾ ਨਹੀਂ ਆ ਜਿੱਦਾਂ ਅਸੀਂ ਆਮ ਘਰ ਬਣਾਈਦਾ, ਸੇਮ ਉੱਦਾਂ ਹੀ ਬਣਦਾ ਆ, ਅਤੇ ਟਰਾਈ ਜ਼ਰੂਰ ਕਰਿਓ, ਕਿਉਂਕਿ
क्योंकि मैं तो तकरीबन घर नहीं बनाउंदी। मैं एक दो ट्राई किया ही, जो आप मार्केट चो दुध लियाई दा वा उहदा पनीर जिहड़ा बिल्कुल ही थोड़ा निकलता, इस करके मैं नहीं वरतदी। तो इधर आप जरा अपना ये वाली सब्जी आ शिमला मिर्च आलू तो प्याज इन आप मोटा मोटा कटांगे, मतलब कि मोटे मोटे पीसां दे विच। तो इधर अपना जिहड़ा तड़का आप ग्राइंड कर लिया तो इनू विच पा दिए। ਇਹਦੇ 'ਚ ਪਾ ਦਿੰਦੇ ਹਾਂ ਹੁਣ ਥੋੜ੍ਹਾ ਜਿਹਾ ਜੀਰਾ, ਕਿਉਂਕਿ ਤੇਲ ਬਹੁਤ ਗਰਮ ਹੋ ਗਿਆ, ਮੈਂ ਤਾਂ ਜੀਰਾ ਪਹਿਲਾਂ ਨਹੀਂ ਪਾਇਆ, ਮੈਂ ਸੜ ਜਾਣਾ। ਲਓ ਅਤੇ ਹੁਣ ਇੱਧਰ ਆਪਾਂ ਨਾਲ ਦੀ ਨਾਲ ਇਹਨਾਂ ਨੂੰ ਕੱਟ ਲੈਂਦੇ ਹਾਂ ਸ਼ਿਮਲਾ ਮਿਰਚ ਨੂੰ। इन आप एडे एडे पीसा च कट लेने, तुम जो देखता ही हो, क्योंकि राती आप जी थी अज मतलब कि वीडियो आप अपलोड की है उस थी वेख्या होना। फिलहाल आप मैं सोचा नहीं भी शाम को बहर जावे इदा, तो अचानक ही तरन ने सलाह बना ली भी आप बहर चलते हैं, तो ਉੱਥੇ ਬੱਚੇ ਮਤਲਬ ਕਿ ਸਕੇਟਿੰਗ ਵਗੈਰਾ ਕਰਦੇ ਪਏ, ਉੱਥੇ ਚੱਲਦੇ ਹਾਂ, ਉਹਦੇ ਕਰਕੇ ਮੈਂ ਜਿਹੜੀ ਆ ਸਬਜ਼ੀ ਬਣਾ ਨਹੀਂ ਹੋਈ ਮੇਰੇ ਤੋਂ। ਫਿਰ ਮੈਂ ਸੋਚਿਆ ਵੀ ਕੋਈ ਨਾ ਆਪਾਂ ਸਵੇਰੇ ਜਿਹੜੀ ਆ ਸਬਜ਼ੀ ਬਣਾ ਲਾਂਗੇ ਅਤੇ ਨਾਲੇ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰ ਲਾਂਗੇ। ਲਓ ਜੀ, ਅਤੇ ਜਿਹੜੇ ਆਪਾਂ ਪਿਆਜ਼ ਵਾ ਇਹ ਵੀ ਆਪਾਂ ਇੱਦਾਂ ਹੀ ਚੌਰਸ ਚੌਰਸ ਜਿਹੜੇ ਆ ਇੱਦਾਂ ਇਹਨਾਂ ਦੇ ਪੀਸ ਜੇ ਕਰ ਲਾਂਗੇ ਅਲੱਗ। ਇਹ ਵੀ ਇੱਦਾਂ ਹੀ ਆਪਾਂ ਸਾਰੇ ਜਿਹੜੇ ਪਿਆਜ਼ ਵੀ ਆਲੂ ਕਰ ਲੈਂਦੇ ਹਾਂ, ਕਿਉਂਕਿ ਇਹਨਾਂ ਨੂੰ ਅਲੱਗ ਅਲੱਗ ਕਰਨਾ ਹੀ ਔਖਾ ਜਿਹਾ ਵੀ ਜਾਂਦਾ। ਕਿਉਂਕਿ ਜੇ ਅਸੀਂ ਇੱਦਾਂ ਇਕੱਲੇ ਪਿਆਜ਼ਾਂ ਨੂੰ ਫਰਾਈ ਕਰ ਲੈਂਦੇ ਤਾਂ ਫਿਰ ਇਹ ਬਿਲਕੁਲ ਭੁੱਲ ਜਾਣੀ ਸੀ, ਇਸ ਕਰਕੇ ਮੈਂ ਅਲੱਗ ਤੋਂ ਇਹਨੂੰ ਜਿਹੜਾ ਤੜਕਾ ਲਾ ਲਿਆ। ਅਤੇ ਬਾਕੀ ਇਹ ਵੀ ਹੋ ਸਕਦਾ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੋਵੇ, ਅਤੇ ਤੁਸੀਂ ਇਹ ਵੀ ਦੱਸਿਓ ਕਿ ਤੁਸੀਂ ਕਿੱਦਾਂ ਕਿੱਦਾਂ ਸਬਜ਼ੀ ਬਣਾਉਂਦੇ ਆ, ਕਮੈਂਟ ਕਰਕੇ ਜ਼ਰੂਰ ਦੱਸਿਓ। ਪਲੀਜ਼ ਲਾਈਕ ਵੀਡੀਓ ਨੂੰ, ਲਾਈਕ ਸ਼ੇਅਰ ਅਤੇ ਸਬਸਕ੍ਰਾਈਬਰ ਜ਼ਰੂਰ ਜ਼ਰੂਰ ਕਰਿਆ ਕਰੋ ਪਲੀਜ਼। ਇੱਦਾਂ ਹੀ ਆਪਣਾ ਜਿਹੜਾ ਆਲੂ ਆ ਇਹਨੂੰ ਵੀ ਕਰ ਲੈਂਦੇ ਹਾਂ, ਕਿਉਂਕਿ ਆਲੂ ਨੂੰ ਜ਼ਿਆਦਾ ਪਕਾਉਣਾ ਪੈਂਦਾ, ਅਤੇ ਇਸ ਕਰਕੇ ਮੈਂ ਜਿਹੜਾ ਆਲੂ ਆ ਉਹ ਆਪਾਂ ਵਿੱਚ ਪਹਿਲਾਂ ਪਾ ਦਾਂਗੇ, ਸ਼ਿਮਲਾ ਮਿਰਚ ਅਤੇ ਪਿਆਜ਼ ਆ ਇਹ ਬਾਅਦ 'ਚ ਪਾਵਾਂਗੇ, ਅਤੇ ਜਿਹੜਾ ਪਨੀਰ ਆ ਉਹ ਸਾਰਿਆਂ ਤੋਂ ਹੀ ਲਾਸਟ ਵਿੱਚ ਪਾਵਾਂਗੇ ਜਦੋਂ ਸਬਜ਼ੀ ਬਣ ਜੂਗੀ ਸਾਡੀ, ਉਹ ਤੋਂ ਅਸੀਂ ਘੱਟੋ ਘੱਟ ਬਣ ਤੋਂ 5 ਮਿੰਟ ਪਹਿਲਾਂ ਪਾਵਾਂਗੇ, ਤਾਂ ਜੋ ਪਨੀਰ ਜਿਹੜਾ ਵਿੱਚ ਆਪਣਾ ਘੁਲ ਨਾ ਜਾਵੇ। ਫਿਲਹਾਲ ਤਾਂ ਉਹਦਾ ਆਲੂ ਵੀ ਤਾਂ ਬਹੁਤ ਜ਼ਿਆਦਾ ਸੌਫਟ ਆ, ਕੱਟਦੇ ਆ ਪਤਾ ਲੱਗਦਾ ਆ। ਲਓ ਜੀ, ਇੱਦਾਂ ਆਪਾਂ ਜਿਹੜੀ ਸਬਜ਼ੀ ਆਪਣੀ ਕੱਟ ਲਈ ਹੈ,
लो जी अपना तड़का हो गया वा। ये मैं नमक पहला पाता ही, तो हूँ पाने आप थोड़ा जहा रेड चिली पाउडर, हल्दी, गरम मसाला, तो किचन किंग। तो नाल ये पा देंगे टमाटर सॉस, क्योंकि ये जी सब्जी है ना एक तो अपनी दी ग्रेवी जी वधिया बन जाती, थिक जी हो जाती है। तो नाल पावांगे सोया सॉस, ये तो होर जी अपनी सब्जी आ वधिया बन जाती है। ये आप दो क चमचे पावांगे, ज़्यादा नहीं पावांगे। तो अपना जो तड़का तुम वेख सकते हो कितना वधिया बन गया। ये हूँ आप एडे एडे आप शिमला मिर्च कट ली आ, एडा ही अपने जोड़े आ प्याज आ, इदा ही आप आलू आ। आलू पर मैं हूँ बिच पहला पा दूंगी, क्योंकि आलूआं नूं पता है तुहानूं सारिआं नूं भी टाइम लग जाता बनते, तो शिमला मिर्च तो प्याज तो तुहानूं पता जल्दी हो जाने हैं। तो पर मैं चेता भलगा मैं बिचे ही कट दते, मैं चेता भी कि मैं ये अलग तो पाने हैं पहला, पर मैं फिर भी पा दते। चलो कोई ना, दो प्याज आलू ही कढ़ लेने, कभी कभी चेता भी भुल जाता हुंदा। ते बाकी कमेंट आते भी ता बेटा किन्ने चिर का आ, मेरा बेटा इस 5 साल का हो गया है अक्टूबर में, उन्होंने इस बार लग गया वह 7वां साल, 5 साल का हो गया है, पर वह अजे जीलो ही जाता है, हूँ गांह जाऊगा फस्ट क्लास में। सितंबर में नवी क्लासा चालू हो आप आलू पा दते हैं, तो जी हूँ आप शिमला मिर्च से प्याज से पनीर पाऊंगे बाद में। लो जी अपने आलू तो तकरीबन आलमोस्ट अद्धे अद्धे जड़े कच्चे पक्के जी हो गए, तो हूँ अं पा देने शिमला मिर्च तो प्याज, क्योंकि मैं सारे नहीं आलू चंगी तरह पकाए, क्योंकि ये भी नाल बनने सब्जी तो मुड़ के मैं खराब ही ना हो जाना। इनू हूँ आप घट गैस करके पकाने, मूँह पानी होना भी एक सब्जी वाल हूँ इदा दी लगन दी भी जिदा सही गल खानी बड़ी है, तो जे इस पनीर पैना तो होर वधिया हो जाणी। तो कमेंट करके दस्यो, मैं तुहानूं फिलहाल लागे करके जूम करके दिखा दी। उधर मैं पनीर भी जिहड़ा साइड ते कट के रख लिया आ, वह हूँ आप बाद विच पावांगे। लो जी अपनी जिहड़ी है सब्जी बिल्कुल बन के तैयार हो गई है, तो हूँ आप इन्हां नूं कढ लैणे आ एक डूंगे दे विच। ओ मैं इधर डूंगा रखे आ, इधर विच आप लैणे आ कढ इहनूं। लो जी अपनी सब्जी तो बिल्कुल बन के तैयार हो गई है, तो भाप पूरी निकलती पई आ। तो इधर आप नाल दी नाल किचन साफ कर लें अपनी। लो जी आप सब्जी लई आ बना, तो सब्जी बनाते बनाते मेरे हाथ दे पै गए आ तेल दे छिट्टे, सब्जी डूंगे चो कढ़दी पई हाँ वो, तो सब्जी कढ़ाई लग गई गर्म गर्म, हाथ करता पाया जलू जलू। चलो जी ठीक है, फिर मिलते हैं फिर किसी अगली वीडियो में। वीडियो नू लाइक शेयर ते सबसक्राइब जरूर कर दिया करो, तो क्योंकि टाइम भी उधरों टाइम मेरे ख्याल 1:30 का हो गया, तो मैनू लग गई भुख सब्जी वाल वेख के, तो हूँ आप बना लीए सब्जी तो रोटी खाइए, क्योंकि जदों ताज़ी ताज़ी सब्जी बनती है तो उदू बंदे नू भुख भी ताज़ी ताज़ी ही लग जाती है, तो इस करके आप लगे हूँ खान रोटी। तो आ जाओ जिन्हें जिन्हें खानी है रोटी, तो खाइए पकाइए। ओके जी, बाय जी, सत श्री अकाल जी सारिआं नू।